ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਰਬੱਤ ਸਾਧ ਸੰਗਤ ਆਪਾਂ ਹਾਜ਼ਰੀਆਂ ਲਵਾ ਰਹੇ ਹਾਂ, ਧੰਨ ਕਰਕੇ ਗੁਰੂ ਚਰਨਾਂ ਵਿੱਚ ਬੈਠੇ ਹਾਂ। ਮਨ ਬਿਰਤੀਆਂ ਇਕਾਗਰ ਕਰੋ, ਜੀਵਨ ਦੀਆਂ ਕੀਮਤੀ ਘੜੀਆਂ ਕੀਮਤੀ ਸਵਾਸ ਸਫਲੇ ਕਰੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਮਨ ਬਿਰਤੀ ਸੁਰਤ ਜੋੜ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਭਾਗਾਂ ਭਰਿਆ ਸਮਾਂ, ਸਤਿਗੁਰ ਦੀ ਕਿਰਪਾ ਹੋਈ ਹੈ। ਸਤਿਗੁਰੂ ਜੀ ਦੇ ਅਨਿੰਨ ਸੇਵਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਭੌਰੇ ਔਰ ਉਹਨਾਂ ਦੀ ਸੇਵਾ ਕਰਕੇ ਉਹਨਾਂ ਦਾ ਹੀ ਰੂਪ ਬਣਨ ਵਾਲੇ ਇਸ ਜਗਤ ਦੇ ਇੱਕੋ ਇੱਕ ਮਹਾਨ ਤਪੱਸਵੀ ਮਹਾਨ ਜੋਗੀ ਜੋਗੀਸਰ ਤਪੀ ਤਪੀਸਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲੇ, ਜਿਨ੍ਹਾਂ ਦੀ ਬਰਸੀ ਦਾ ਇਹ ਦਿਹਾੜਾ, ਬਾਬਾ ਬਲਦੇਵ ਸਿੰਘ ਜੀ ਵੱਲੋਂ ਉੱਦਮ ਕਰਕੇ ਇਹ ਮਨਾਏ ਗਏ ਹਨ ਦਿਹਾੜੇ। ਪ੍ਰਾਰੰਭਤਾ ਹੋਈ ਆਪ ਸਰਬੱਤ ਸੰਗਤਾਂ ਗੁਰਬਾਣੀ ਇਤਿਹਾਸ ਗੁਰਬਾਣੀ ਕੀਰਤਨ ਗੁਰੂ ਇਤਿਹਾਸਾਂ ਦੇ ਨਾਲ ਜੁੜ ਕੇ ਕਥਾ ਕੀਰਤਨ ਦੇ ਨਾਲ ਜੁੜ ਕੇ ਜੀਵਨ ਦੀਆਂ ਕੀਮਤੀ ਘੜੀਆਂ ਸਫਲੀਆਂ ਕਰ ਰਹੇ ਹੋ। ਕਲਯੁੱਗ ਦਾ ਭਿਆਨਕ ਸਮਾਂ ਹੈ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਜਿਉਂ ਜਿਉਂ ਯੁੱਗ ਬਦਲਦੇ ਰਹੇ ਤਿਉਂ ਤਿਉਂ ਸੰਸਾਰ ਵਿੱਚ ਸਮਾਜ ਵਿੱਚ ਮਹਾਂਪੁਰਖਾਂ ਦੀਆਂ ਸਤਿਗੁਰਾਂ ਦੀਆਂ ਡਿਊਟੀਆਂ ਵੀ ਬਦਲਦੀਆਂ ਰਹੀਆਂ। ਅਵਤਾਰ ਆਉਂਦੇ ਰਹੇ ਬਦਲ ਬਦਲ ਕੇ, ਕਿਧਰੇ ਰਾਮ ਅਵਤਾਰ ਆਏ, ਕਿਧਰੇ ਕ੍ਰਿਸ਼ਨ ਅਵਤਾਰ ਆਏ। ਕਲਯੁੱਗ ਦਾ ਸਮਾਂ ਆਇਆ, ਗੁਰੂ ਨਾਨਕ ਪਾਤਸ਼ਾਹ ਆਏ ਔਰ ਪਾਤਸ਼ਾਹ ਜੀ ਨੂੰ ਪਤਾ ਸੀ ਵੀ ਜਿੰਨਾ ਕੁ ਸਮਾਂ ਸਾਡਾ ਗੁਰੂ ਅਵਸਥਾ ਦੇ ਵਿੱਚ ਅਸੀਂ ਸੰਸਾਰ ਵਿੱਚ ਬਤੀਤ ਕਰਨਾ ਹੈ, ਦਸ ਪਾਤਸ਼ਾਹੀਆਂ ਤੱਕ, ਉਸੇ ਤਰੀਕੇ ਨਾਲ ਸੰਸਾਰ ਵਿੱਚ ਵਿਚਰ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੀ ਮਨੁੱਖਤਾ ਨੂੰ ਨਿਰੰਕਾਰ ਦੇ ਨਾਲ ਜੋੜਿਆ। ਅਤੇ ਜਦੋਂ ਸਮਝ ਪੈ ਗਈ ਹੁਣ ਅਸੀਂ ਮਹਾਂਪੁਰਖਾਂ ਦੇ ਰਾਹੀਂ ਸੰਤਾਂ ਦੇ ਰਾਹੀਂ ਸੰਸਾਰ ਦੇ ਵਿੱਚ ਜਿਹੜਾ ਘੋਰ ਅੰਧਕਾਰ ਹੈ ਇਹਦੇ ਵਿੱਚ ਨਾਮ ਦੀ ਜੋਤ ਜਗਾਉਣੀ ਹੈ, ਫਿਰ ਮਹਾਂਪੁਰਖਾਂ 'ਤੇ ਕਿਰਪਾ ਕੀਤੀ, ਮਹਾਂਪੁਰਖਾਂ ਨੂੰ ਉਦਮ ਦਿੱਤਾ, ਹੁਕਮ ਕੀਤਾ, ਉਹਨਾਂ ਦੇ ਸਿਰ 'ਤੇ ਰਹਿਮਤਾਂ ਭਰਿਆ ਹੱਥ ਰੱਖ ਕੇ ਸੰਦੇਸ਼ ਦਿੱਤਾ ਵੀ ਇਹ ਜਿਹੜੀ ਭੁੱਲੀ ਹੋਈ ਮਨੁੱਖਤਾ ਹੈ ਇਸ ਨੂੰ ਨਿਰੰਕਾਰ ਦੇ ਚਰਨਾਂ ਦੇ ਨਾਲ ਜੋੜਨਾ ਕਰੋ। ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਸੰਦੇਸ਼ ਨੂੰ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਸਾਰੀ ਮਨੁੱਖਤਾ ਦੇ ਵਿੱਚ ਫੈਲਾ ਦਿੱਤਾ।
ਬੜੀ ਖੁਸ਼ੀ ਭਰੀ ਹੈਰਾਨੀ ਹੁੰਦੀ ਹੈ ਕਿ ਨਾਨਕਸਰ ਕਲੇਰਾਂ ਕੇਵਲ ਇੱਕ ਗੁਰਦੁਆਰਾ ਨਹੀਂ, ਇੱਕ ਕੇਵਲ ਠਾਠ ਨਹੀਂ, ਇੱਕ ਐਸੀ ਯੂਨੀਵਰਸਿਟੀ ਬਣਾ ਦਿੱਤੀ ਜਿੱਥੋਂ ਪੜ੍ਹ ਪੜ੍ਹ ਕੇ ਵਿਦਿਆਰਥੀ ਹੁਣ ਬਾਬਾ ਨੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਪੜ੍ਹੇ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਇੱਕ ਐਸੇ ਅਧਿਆਪਕ ਐਸੇ ਪ੍ਰੋਫੈਸਰ ਬਣ ਗਏ। ਇੱਕ ਦੁਨਿਆਵੀ ਪ੍ਰੋਫੈਸਰ ਹੁੰਦੇ ਨੇ, ਇੱਕ ਦਰਗਾਹੀ ਪ੍ਰੋਫੈਸਰ ਹੁੰਦੇ ਨੇ। ਜਿੱਥੇ ਦੁਨਿਆਵੀ ਪ੍ਰੋਫੈਸਰਾਂ ਦੀ ਪੜ੍ਹਾਈ ਖਤਮ ਹੋ ਜਾਂਦੀ ਹੈ, ਉਸੇ ਦਰਗਾਹੀ ਪ੍ਰੋਫੈਸਰਾਂ ਦੀ ਪੜ੍ਹਾਈ ਉੱਥੋਂ ਸ਼ੁਰੂ ਹੁੰਦੀ ਹੈ। ਜਿੱਥੇ ਦੁਨਿਆਵੀ ਪ੍ਰੋਫੈਸਰਾਂ ਦੀ ਵਿਦਵੱਤਾ ਖਤਮ ਹੋ ਜਾਂਦੀ ਹੈ ਨਾ, ਉੱਥੋਂ ਦਰਗਾਹੀ ਪ੍ਰੋਫੈਸਰਾਂ ਦੀ ਵਿਦਵੱਤਾ ਆਰੰਭ ਹੁੰਦੀ ਹੈ। ਤੋ ਐਸੇ ਪ੍ਰੋਫੈਸਰ ਪੈਦਾ ਕੀਤੇ ਨਾਨਕ ਸਰ ਕਲੇਰਾਂ ਦੀ ਧਰਤੀ ਨੇ, ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦੁਆਰਾ ਉਹਨਾਂ ਨੇ ਮਿਹਰਾਂ ਕੀਤੀਆਂ, ਜਿਨ੍ਹਾਂ ਦੇ ਅੱਜ ਪਾਵਨ ਯਾਦ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ। ਅਤੇ ਇੱਕ ਐਸੀ ਜੋਤ, ਇੱਕ ਐਸਾ ਪ੍ਰਕਾਸ਼ ਨਾਨਕਸਰ ਦੀ ਧਰਤੀ ਤੋਂ ਪੈਦਾ ਹੋਇਆ ਜਿਹੜਾ ਪੰਜਾਬ ਹੀ ਨਹੀਂ, ਹਿੰਦੁਸਤਾਨ ਹੀ ਨਹੀਂ, ਦੁਨੀਆ ਦਾ ਹਰ ਉਹ ਦੇਸ਼ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ, ਉੱਥੇ ਜਾ ਕੇ ਗੁਰੂ ਨਾਨਕ ਦੇ ਸਿਧਾਂਤ ਨੂੰ ਪ੍ਰਚਾਰ ਦੇ ਅਤੇ ਪ੍ਰਸਾਰ ਦੇ ਨੇ। ਬਹੁਤ ਹੀ ਸਤਿਕਾਰਯੋਗ ਬਾਬਾ ਜੀ ਦੇ ਹਜ਼ੂਰੀ ਰਾਗੀ ਭਾਈ ਬੱਗਾ ਸਿੰਘ ਜੀ ਰਾਤ ਵੀ ਅਤੇ ਹੁਣ ਵੀ ਉਹ ਦੱਸ ਰਹੇ ਸਨ ਕਿ ਬਾਬਾ ਕਾਲਾ ਸਿੰਘ ਜੀ ਮਹਾਰਾਜ ਜੋ ਅੱਜ ਵੀ ਇੰਗਲੈਂਡ ਦੀ ਧਰਤੀ 'ਤੇ ਵਿਚਰ ਕੇ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਰਹੇ ਨੇ, ਅਤੇ ਉਹਨਾਂ ਵੱਲੋਂ ਇਹ ਸਾਰੇ ਜਥੇ ਦੀ ਨੂੰ ਹੁਕਮ ਹੋਇਆ ਸੀ ਬਈ ਉੱਥੇ ਪਹੁੰਚ ਕੇ ਹਾਜ਼ਰੀਆਂ ਲਵਾਉਣੀਆਂ ਨੇ, ਸੰਗਤਾਂ ਦੇ ਦਰਸ਼ਨ ਕਰਨੇ ਨੇ। ਇਹ ਜਿਹੜੇ ਸਮਾਗਮ ਹੁੰਦੇ ਨੇ ਸਤਿਸੰਗਤ ਜੀ, ਮਹਾਂਪੁਰਖਾਂ ਦੀਆਂ ਬਰਸੀਆਂ, ਮਹਾਂਪੁਰਖਾਂ ਦੀਆਂ ਯਾਦਾਂ, ਇਹਦੇ ਵਿੱਚ ਬਹੁਤ ਵੱਡਾ ਲਾਹਾ ਹੈ। ਇਹ ਕਿਉਂ ਮਨਾਈਆਂ ਜਾਂਦੀਆਂ ਨੇ, ਇਹ ਇਕੱਤਰਤਾ ਕਿਉਂ ਹੁੰਦੀ ਹੈ, ਬਰਸੀਆਂ ਸਮਾਗਮ ਕਿਉਂ ਮਨਾਏ ਜਾਂਦੇ ਨੇ, ਸੰਗਤ ਦਾ ਇਕੱਠ ਕਿਉਂ ਹੁੰਦਾ ਹੈ, ਸਤਿਸੰਗਤ ਪਾਤਸ਼ਾਹ ਰਹਿਮਤਾਂ ਕਰਦੇ ਨੇ ਵੀ ਜਿੱਥੇ ਇਕੱਲਾ ਹੈ ਨਾ ਇਕੱਲਾ, ਉਹ ਇੱਕ ਸਿੱਖ ਦੀ ਅਵਸਥਾ ਵਿੱਚ ਆ ਕੇ ਆਪਣੇ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰਦਾ ਕੇਵਲ ਸਿੱਖ। ਅਤੇ ਜੇ ਦੋ ਹੋ ਜਾਣ, ਜੇ ਦੋ ਇਕੱਠੇ ਹੋ ਜਾਣ ਤਾਂ ਉਹ ਸਾਧ ਸੰਗਤ ਦਾ ਰੂਪ ਧਾਰਨ ਕਰ ਜਾਂਦੇ ਨੇ, ਅਤੇ ਜੇ ਕਿਧਰੇ ਪੰਜ ਇਕੱਠੇ ਹੋ ਜਾਣ ਤਾਂ ਫਿਰ ਉਹ ਪਰਮੇਸ਼ਰ ਦੀ ਅਵਸਥਾ ਬਣ ਜਾਂਦੀ ਹੈ। ਅਤੇ ਜਿੱਥੇ ਐਡਾ ਵਿਸ਼ਾਲ ਸੰਗਤਾਂ ਦਾ ਇਕੱਠ ਹੋਵੇ ਅਤੇ ਜਗ੍ਹਾ ਜਗ੍ਹਾ ਤੋਂ ਪਹੁੰਚੇ ਹੋਏ ਪੂਰਨ ਮਹਾਂਪੁਰਖਾਂ ਦੇ ਦਰਸ਼ਨ ਦੀਦਾਰੇ, ਉਹਨਾਂ ਦੇ ਪੂਰਨ ਕਮਾਏ ਹੋਏ ਬਚਨ ਸਰਵਣ ਕਰਨ ਦਾ ਸਮਾਂ ਮਿਲ ਜਾਏ ਤਾਂ ਇਹ ਜ਼ੁਬਾਨ ਕਹਿ ਨਹੀਂ ਸਕਦੀ ਕਿੱਡੀ ਵੱਡੀ ਅਵਸਥਾ ਹੈ ਕਿ ਪੰਜਾਂ ਦੇ ਵਿੱਚ ਪਰਮੇਸ਼ਰ ਹੈ, ਅਤੇ ਜਿੱਥੇ ਅਨੰਤ ਸੰਗਤਾਂ ਦਾ ਇਕੱਠ ਹੋਵੇ ਉੱਥੇ ਤਾਂ ਰੱਬ ਆਪ ਆ ਜਾਂਦਾ ਹੈ। ਬੜੀ ਕਿਰਪਾ ਆਪ ਸਰਬੱਤ ਸੰਗਤਾਂ ਦਾ ਸਮਾਂ
ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ ਲੇਖੇ ਵਿੱਚ ਲੱਗਾ। ਸਮਾਂ ਬਹੁਤਾ ਨਹੀਂ ਹੈ ਕਿ ਵਿਸਥਾਰ ਵਿੱਚ ਜਾਈਏ। ਵੱਡੇ ਭਾਗ ਨੇ ਆਪ ਸਰਬੱਤ ਸੰਗਤਾਂ ਦੇ ਕੀਮਤੀ ਸਮਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਆਪਾਂ ਸਫਲਾ ਕੀਤਾ। ਬਾਬਾ ਨੰਦ ਸਿੰਘ ਮਹਾਰਾਜ ਜੀ ਦੀ ਯਾਦ ਵਿੱਚ ਜੁੜੇ ਹਾਂ ਅਤੇ ਫਰਜ਼ ਬਣਦਾ ਸਾਡਾ ਕਿ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਦੇ ਉਪਦੇਸ਼ਾਂ ਨੂੰ ਨਾ ਆਪਣੇ ਜੀਵਨ ਦੇ ਵਿੱਚ ਭਾਵੇਂ ਕਿਣਕਾ ਮਾਤਰ ਹੀ ਵਸਾਈਏ। ਇੱਕ ਛੋਟੀ ਜਿਹੀ ਸਾਖੀ ਬਾਬਾ ਜੀ ਦੇ ਜੀਵਨ ਦੀ ਯਾਦ ਆਈ, ਮੈਂ ਆਪ ਜੀ ਦੇ ਸੁਣਾ ਕੇ ਮੈਂ ਖਿਮਾ ਦਾ ਜੱਜ ਘੁਵਾਂਗਾ। ਹਰਿਦੁਆਰ ਦੇ ਵਿੱਚ ਨਾ ਇੱਕ ਨਾ ਬੜਾ ਵੱਡਾ ਸੰਤ ਸਮਾਗਮ ਹੋਇਆ ਹਰਿਦੁਆਰ ਉੱਤਰਾਖੰਡ ਦੇ ਵਿੱਚ। ਜਿਵੇਂ ਸਿੱਖ ਧਰਮ ਦੇ ਵਿੱਚ ਪੰਜ ਜਥੇਦਾਰ ਮੰਨੇ ਜਾਂਦੇ ਨੇ ਪੰਜਾਂ ਤਖਤਾਂ ਦੇ, ਇਸ ਤਰ੍ਹਾਂ ਸਨਾਤਨ ਧਰਮ ਦੇ ਵਿੱਚ ਮਹਾਮੰਡਲੇਸ਼ਵਰ ਮੰਨੇ ਜਾਂਦੇ ਨੇ। ਉਹ 11 ਸਨ ਆਰੰਭ ਦੇ ਵਿੱਚ, ਹੁਣ ਤਾਂ ਬਹੁਤ ਜ਼ਿਆਦਾ ਹੋ ਗਏ ਨੇ ਮਹਾਮੰਡਲੇਸ਼ਵਰ। ਅਤੇ ਜਦੋਂ ਦਾ ਬਚਨ ਹੈ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਦੇ ਸਮੇਂ ਦਾ, ਉਦੋਂ 11 ਸੀ ਅਤੇ ਮੱਧ ਪ੍ਰਦੇਸ਼ ਵਿੱਚ ਉਜੈਨ ਦੇ ਜਿਹੜੇ ਮਹਾਮੰਡਲੇਸ਼ਵਰ ਸਨ ਉਹ 11 ਤੋਂ ਸਾਰਿਆਂ ਤੋਂ ਮੁਖੀ ਸਨ। ਬੜਾ ਵੱਡਾ ਸਮਾਗਮ, ਸੰਤ ਸਮਾਗਮ ਹੋਇਆ ਅਤੇ ਸਾਰੇ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਪੂਰੇ ਵਰਲਡ ਦੇ ਵਿੱਚੋਂ ਮਹਾਂਪੁਰਖ ਉੱਤੇ ਪਹੁੰਚੇ। ਸਟੇਜ 71 ਸਾਰਿਆਂ ਨੂੰ ਦਰਜਾ ਬਾ ਦਰਜਾ ਸਮਾਂ ਦਿੰਦੇ ਗਏ, ਆਪੋ ਆਪਣੇ ਵਿਚਾਰ ਰੱਖਦੇ ਗਏ। ਅਤੇ ਜਦੋਂ ਉਜ਼ੈਨ ਦੇ ਮਹਾਮੰਡਲੇਸ਼ਵਰ ਦਾ ਸਮਾਂ ਆਇਆ, ਇੱਕ ਬਚਨ ਕਿਹਾ ਸਟੇਜ 71 ਨੇ, ਕਹਿਣ ਲੱਗੇ ਇਹ ਜਿਹੜੇ ਮਹਾਮੰਡਲੇਸ਼ਵਰ ਨੇ ਇਹਨਾਂ ਨੇ ਪੰਜੇ ਵਿਕਾਰਾਂ ਨੂੰ ਆਪਣੇ ਵਸ ਵਿੱਚ ਕੀਤਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਵਸ ਵਿੱਚ ਕੀਤਾ। ਇਹਨਾਂ ਉੱਤੇ ਇੱਕ ਵੀ ਇਹਨਾਂ ਪੰਜਾਂ ਵਿਕਾਰਾਂ ਵਿੱਚੋਂ ਕੋਈ ਵੀ ਪ੍ਰਭਾਵ ਨਹੀਂ ਰੱਖਦਾ। ਖੈਰ, ਜਦੋਂ ਮਹਾਮੰਡਲੇਸ਼ਵਰ ਉੱਠ ਕੇ ਸਟੇਜ 'ਤੇ ਆਏ, ਬਚਨ ਕਰਨ ਲੱਗੇ ਸੀ, ਬੰਦਗੀ ਵਾਲੇ ਸੱਤ ਬਚਨੀ ਸੀ, ਕਹਿਣ ਲੱਗੇ ਵੀ 71 ਨੇ ਬੜੀ ਵੱਡੀ ਮੇਰੀ ਉਸਤਤ ਕੀਤੀ ਹੈ, ਠੀਕ ਹੈ, ਪੰਜ ਭਿਆਨਕ ਇਹ ਦੋਸ਼ ਨੇ, ਵਿਕਾਰ ਨੇ, ਪਰ ਇਹਨਾਂ ਵਿੱਚੋਂ 4 ਮੈਂ ਵਸ ਵਿੱਚ ਕਰ ਲਏ, ਪੰਜਵਾਂ ਮੇਰੇ ਵਸ ਵਿੱਚ ਵੀ ਨਹੀਂ ਆਇਆ। ਕ੍ਰੋਧ, ਲੋਭ, ਮੋਹ, ਹੰਕਾਰ ਇਹ ਚਾਰੇ ਵਸ ਵਿੱਚ ਕਰ ਲਏ, ਉਹ ਕਹਿੰਦਾ ਕਾਮ ਮੇਰੇ ਵਸ ਵਿੱਚ ਵੀ ਨਹੀਂ ਆਇਆ। ਉੱਥੇ ਹੋਰ ਮਹਾਮੰਡਲੇਸ਼ਵਰ ਜਦੋਂ ਬੈਠੇ ਸੀ 10, ਉਹ ਕਹਿਣ ਲੱਗੇ ਰਿਸ਼ੀ ਜੀ ਵੀ ਜੇ ਤੁਹਾਡੇ ਵਸ ਵਿੱਚ 5 ਨਹੀਂ ਆਏ ਤੇ ਦੁਨੀਆਂ ਵਿੱਚ ਤਾਂ ਕੋਈ ਰਿਸ਼ੀ ਐਸਾ ਨਹੀਂ ਜਿਹਦੇ ਵਸ ਵਿੱਚ ਇਹ 5 ਆਏ ਹੋਣ। ਬੰਦਗੀ ਵਾਲਾ ਸੀ, ਕਹਿੰਦਾ ਨਹੀਂ, ਐਸੇ ਰਿਸ਼ੀ ਹੈ, ਐਸੇ ਰਿਸ਼ੀ ਨੇ। ਕਹਿੰਦੇ ਜੀ ਕਦੇ ਉਸ ਭਾਗ ਸਮਾਂ ਸਾਨੂੰ ਮਿਲੇਗਾ ਅਸੀਂ ਉਹਨਾਂ ਮਹਾਂਪੁਰਖਾਂ ਦੇ ਉਸ ਰਿਸ਼ੀ ਦੇ ਦਰਸ਼ਨ ਕਰ ਸਕੀਏ ਜਿਹਦੇ ਵਸ ਵਿੱਚ 5 ਨੇ। ਇਹ ਉੱਤਰਾਖੰਡ ਦੇ ਹਰਿਦੁਆਰ ਦੇ ਵਿੱਚ ਇੱਕ ਬਹੁਤ ਵੱਡੇ ਉੱਥੇ ਅਸਥਾਨ ਦੇ ਪੰਡਿਤ ਜੀ, ਉਹਨਾਂ ਦਾ ਪੋਤਾ ਮਾਸਟਰ ਸੀ, ਉਸ ਮਾਸਟਰ ਨੇ ਇਹ ਮੈਨੂੰ ਸਾਰੀ ਕਹਾਣੀ ਦੱਸੀ। ਉਹ ਕਹਿੰਦਾ ਮੇਰੇ ਦਾਦਾ ਜੀ ਨੇ ਸਾਨੂੰ ਦੱਸੀ। ਕਹਿੰਦੇ ਕੋਈ ਐਸਾ ਵੀ ਹੈ
ਉਹ ਕਹਿਣ ਲੱਗਾ ਮਹਾਮੰਡਲੇਸ਼ਵਰ ਉਜ਼ੈਨ ਦਾ ਕਹਿੰਦਾ ਹੈ, ਕਹਿੰਦੇ ਫਿਰ ਦਰਸ਼ਨ ਕਦੋਂ ਹੋਣਗੇ? ਕਹਿੰਦੇ ਅੱਜ ਹੀ ਹੋ ਜਾਣਗੇ, ਅੱਜ ਹੀ ਹੋ ਜਾਣਗੇ। ਕਹਿੰਦੇ ਦਰਸ਼ਨ ਕਰਾਓ। ਉਹ ਇਸ ਸਟੇਜ ਤੋਂ ਉਤਰਿਆ, ਕਹਿੰਦਾ ਆਓ, ਉਹਨਾਂ ਮਹਾਂਪੁਰਖਾਂ ਨੂੰ ਲੈ ਕੇ ਆਉਣਾ ਪੈਣਾ। ਕਹਿੰਦਾ ਜਿੱਥੇ ਹੋਰ ਆਮ ਜਾਂ ਛੋਟੀ ਅਵਸਥਾ ਵਾਲੇ ਸੰਤ ਸਨਾਤਨ ਧਰਮ ਦੇ ਬੈਠੇ ਸਨ, ਕੋਈ ਭਗਵਿਆਂ ਚੋਲਿਆਂ ਵਿੱਚ ਸੀ, ਕੋਈ ਸਫੈਦ ਵਸਤਰ ਧਾਰੀ ਸੀ, ਅਲੱਗ ਅਲੱਗ ਕੋਈ ਕਾਲੇ ਵਸਤਰਾਂ ਦੇ ਵਿੱਚ ਸੀ ਬੈਠੇ ਸਨ, ਤੇ ਉਹਨਾਂ ਵਿੱਚ ਇੱਕ ਐਸੇ ਚਿਹਰੇ ਤੇ ਬੜਾ ਮਹਾਨ ਤੇਜ ਪ੍ਰਤਾਪ ਵਾਲੇ ਮਹਾਂਪੁਰਖ ਇੱਕ ਲੋਈ ਦੀ ਬੁੱਕਲ ਮਾਰ ਕੇ ਬੈਠੇ ਨੇ। ਤੇ ਜਾ ਕੇ ਉਹਨਾਂ ਦੇ ਚਰਨਾਂ ਨੂੰ ਹੱਥ ਲਾਇਆ, ਸਤਿਕਾਰ ਨਾਲ ਕਿਹਾ, ਰਿਖੀ ਜੀ ਤੁਹਾਡਾ ਇੱਥੇ ਅਸਥਾਨ ਨਹੀਂ ਹੈ, ਤੁਹਾਡਾ ਅਸਥਾਨ ਉੱਪਰ ਹੈ, ਜਿੱਥੇ ਸਾਡੇ ਵਰਗਿਆਂ ਨੂੰ ਬਿਠਾਇਆ ਹੈ ਨਾ, ਆਪ ਜੀ ਦਾ ਅਸਥਾਨ ਉੱਥੇ ਹੈ। ਸਟੇਜ ਤੇ ਆਏ, ਉਹਨਾਂ ਨੇ ਦੱਸਿਆ, ਕਹਿੰਦੇ ਇਹ ਰਿਖੀ ਜੀ ਕਿੱਥੋਂ ਨੇ, ਇਹ ਸਵਾਮੀ ਜੀ ਕਿੱਥੋਂ ਨੇ, ਇਹ ਕਿੱਥੋਂ ਆਏ ਨੇ? ਤਾਂ ਉਹਨਾਂ ਨੇ ਕਹਿਣ ਲੱਗੇ, ਮਹਾਮੰਡਲੇਸ਼ਵਰ ਉਜ਼ੈਨ ਦੇ ਨੇ ਇਹ ਗੱਲ ਕਹੀ ਸੀ, ਇਹ ਸੰਤ ਪੰਜਾਬ ਮਾਲਵੇ ਦੀ ਧਰਤੀ ਦੇ ਵਿੱਚੋਂ ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ, ਜਿਨ੍ਹਾਂ ਨੇ ਪੰਜੇ ਵਕਾਰਾਂ ਨੂੰ ਆਪਣੇ ਪੈਰਾਂ ਥੱਲੇ ਦੱਬ ਕੇ ਰੱਖੇ। ਕਹਿੰਦੇ ਮੈਂ ਸੱਚ ਕਹਿਣਾ, ਇਸ ਸਟੇਜ ਦੇ ਉੱਤੇ ਚਾਰ ਵਕਾਰ ਮੈਂ ਆਪਣੇ ਕਬਜ਼ੇ ਵਿੱਚ ਕੀਤੇ ਹੋਏ ਨੇ, ਕ੍ਰੋਧ ਮੈਨੂੰ ਬਿਲਕੁਲ ਨਹੀਂ ਆਉਂਦਾ, ਲੋਭ ਮੇਰੇ ਨੇੜੇ ਨਹੀਂ ਢੁਕਦਾ, ਮੋਹ ਦਾ ਕੋਈ ਪ੍ਰਭਾਵ ਮੇਰੇ ਜੀਵਨ ਵਿੱਚ ਨਹੀਂ, ਹੰਕਾਰ ਮੈਨੂੰ ਹੈ ਹੀ ਕੋਈ ਨਹੀਂ। ਜੇ ਹੰਕਾਰ ਹੁੰਦਾ ਤੇ ਉਹ ਸਟੇਜ ਤੇ ਕਦੇ ਇਹ ਗੱਲ ਨਹੀਂ ਸੀ ਕਹਿੰਦਾ ਕਿ ਮੈਂ ਪੰਜਾਂ ਦਾ ਅਧਿਕਾਰੀ, ਪੰਜਾਂ ਨੂੰ ਵਸ ਵਿੱਚ ਕੀਤਾ ਹੋਇਆ ਹੈ। ਹੰਕਾਰੀ ਮਨੁੱਖ ਤਾਂ ਅੰਦਰੋਂ ਕੁਝ ਹੋਰ ਹੁੰਦਾ, ਬਾਹਰੋਂ ਕੁਝ ਹੋਰ ਹੁੰਦਾ, ਆਪਣੇ ਆਪ ਦੀ ਨੁਮਾਇਸ਼ ਕਰਦਾ ਹੈ। ਕਹਿੰਦਾ ਨਹੀਂ, ਪਰ ਕਹਿੰਦੇ ਕਾਮ ਵਸ ਵਿੱਚ ਨਹੀਂ ਸੀ, ਤੇ ਜੇ ਦੁਨੀਆਂ ਵਿੱਚ ਕੋਈ ਰਿਸ਼ੀ ਹੋਇਆ, ਦੁਨੀਆਂ ਦੇ ਵਿੱਚ ਸੱਚ ਵਿੱਚ ਕੋਈ ਸੰਤ ਹੋਇਆ, ਤੋ ਇਹ ਸੰਤ ਨੇ ਬਾਬਾ ਆਨੰਦ ਸਿੰਘ ਜੀ ਮਾਲਵੇ ਦੀ ਧਰਤੀ ਦੇ ਵਿੱਚੋਂ, ਮਹਾਮੰਡਲੇਸ਼ਵਰ ਉਜ਼ੈਨ ਵਾਲਿਆਂ ਨੇ ਇਹ ਬਚਨ ਕੀਤਾ ਸੀ। ਦਰਜਾ ਬਾ ਦਰਜਾ, ਸਮਾਂ ਬਾ ਸਮਾਂ, ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ, ਬਿਨ ਬਿਨ ਉਹੀ ਅਵਸਥਾ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਤੇ ਅੱਜ ਮਹਾਂਪੁਰਖ ਸੰਤ ਬਾਬਾ ਕਾਲਾ ਸਿੰਘ ਮਹਾਰਾਜ ਸਟੇਜ ਤੇ ਬਾਂਹ ਖੜੀ ਕਰਕੇ ਬੜੇ ਰੋਹ ਦੇ ਨਾਲ, ਹਿੰਮਤ ਤੇ ਹੌਸਲੇ ਦੇ ਨਾਲ ਇਹ ਗੱਲ ਅੱਜ ਵੀ ਕਹਿੰਦੇ ਨੇ ਕਿ ਸੰਤ ਸੱਚ ਵਿੱਚ ਉਹ ਹੈ ਜਿਹੜਾ ਜਿਵੇਂ ਮਾਂ ਦੇ ਪੇਟ ਵਿੱਚੋਂ ਜਨਮ ਲਿਆ ਹੋਵੇ, ਇੱਕ ਦਿਨ ਬੰਦੇ ਪੈਰ ਨਾ ਪਾਇਆ ਹੋਵੇ, ਸੰਤ ਉਹ ਹੈ। ਇਹ ਬਾਬਾ ਆਨੰਦ ਸਿੰਘ ਮਹਾਰਾਜ ਜੀ ਦਾ ਮਿਸ਼ਨ ਹੈ, ਬਾਬਾ ਆਨੰਦ ਸਿੰਘ ਮਹਾਰਾਜ ਜੀ ਦਾ ਇਹ ਮਾਰਗ ਹੈ, ਉਹਨਾਂ ਦੀ ਸਿੱਖਿਆ ਹੈ, ਉਹਨਾਂ ਦਾ ਉਪਦੇਸ਼ ਹੈ। ਤੋ ਇਸ ਲਈ ਜੀਵਨ ਦੇ ਵਿੱਚੋਂ ਬੁਰਾਈਆਂ ਨੂੰ, ਵਿਕਾਰਾਂ ਨੂੰ ਕੱਢੀਏ, ਉੱਤਮ ਜਿਹੜੇ ਸੰਸਕਾਰ ਨੇ ਉਹਨਾਂ ਨੂੰ ਜੀਵਨ ਦੇ ਵਿੱਚ ਧਾਰਨ ਕਰੀਏ, ਫਿਰ ਬਾਬਾ ਜੀ ਦੇ ਇਸ ਮਹਾਨ ਸਮਾਗਮ ਵਿੱਚ ਆਉਣ ਦਾ ਲਾਹਾ ਫਿਰ ਸਾਡੇ 'ਤੇ ਕਿਰਪਾ ਹੋਵੇਗੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰ ਲੈਣੀ, ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।